ਫਾਜ਼ਿਲਕਾ ਦੇ ਜੱਟੀਆਂ ਮੁਹੱਲਾ ਦੀ ਗਲੀ ਸੀਤਾਰਾਮ ਦੇ ਵਿੱਚ ਨਗਰ ਕੌਂਸਲ ਦੀ ਪਾਈਪਾਂ ਦੇ ਵਿੱਚੋਂ ਆ ਰਿਹਾ ਗੰਦਾ ਪਾਣੀ ਲੋਕਾਂ ਵੱਲੋਂ ਜਤਾਇਆ ਗਿਆ ਰੋਸ ਕਿਹਾ ਕੀਤਾ ਜਾਏ ਪਰੇਸ਼ਾਨੀ ਦਾ ਹੱਲ। ਫਾਜ਼ਿਲਕਾ ਦੇ ਜੱਟੀਆਂ ਮੁਹੱਲਾ ਦੀ ਸੀਤਾਰਾਮ ਗਲੀ ਦੇ ਵਿੱਚ ਨਗਰ ਕੌਂਸਲ ਵੱਲੋਂ ਸਪਲਾਈ ਕੀਤੇ ਜਾਣ ਵਾਲੇ ਪਾਣੀ ਦੀ ਪਾਈਪਾਂ ਦੇ ਵਿੱਚੋਂ ਗੰਦਾ ਪਾਣੀ ਆ ਰਿਹਾ ਜਿਸ ਨੂੰ ਲੈ ਕੇ ਮੁਹੱਲਾ ਨਿਵਾਸੀਆਂ ਦੇ ਵਿੱਚ ਰੋਸ ਪਾਇਆ ਜਾ ਰਿਹਾ। ਜਿਸ ਮੁਹੱਲਾ ਨਿਵਾਸੀਆਂ ਨੇ ਕਿਹਾ ਕਿ ਪਿਛਲੇ ਕਈ ਦਿਨਾਂ ਤੋਂ ਉਹਨਾਂ ਨੂੰ ਇਹ ਸਮੱਸਿਆ ਝੇਲਣੀ ਪੈ ਰਹੀ ਹੈ ਅਤੇ ਵਾਰ ਵਾਰ ਐਮ ਸੀ ਨੂੰ ਕਹਿਣ ਤੋਂ ਬਾਅਦ ਵੀ ਇਹ ਮਸਲਾ ਹੱਲ ਨਹੀਂ ਹੋ ਪਾ ਰਿਹਾ ਜਿਸ ਦੇ ਚਲਦਿਆਂ ਮੁਹੱਲੇ ਦੇ ਵਿੱਚ ਖਾਸਾ ਰੋਸ ਦੇਖਣ ਨੂੰ ਮਿਲਿਆ। ਮਹਿਲਾਵਾਂ ਨੇ ਕਿਹਾ ਕਿ ਪਿਛਲੇ ਕਈ ਦਿਨਾਂ ਤੋਂ ਨਗਰ ਕੌਂਸਲ ਦੀਆਂ ਪਾਈਪਾਂ ਦੇ ਵਿੱਚੋਂ ਇਹ ਪਾਣੀ ਉਹਨਾਂ ਦੇ ਘਰਾਂ ਤੱਕ ਪਹੁੰਚ ਰਿਹਾ ਜਿਸ ਦੇ ਨਾਲ ਇੱਥੇ ਲੋਕਾਂ ਨੂੰ ਬਿਮਾਰੀਆਂ ਲੱਗਣ ਦਾ ਖਤਰਾ ਬਣਿਆ ਹੋਇਆ ਹੈ। ਉਹਨਾਂ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਜਲਦ ਤੋਂ ਜਲਦ ਇਹ ਸਮੱਸਿਆ ਦੂਰ ਕੀਤੀ ਜਾਵੇ ਤਾਂ ਕਿ ਉਹਨਾਂ ਨੂੰ ਕੁਝ ਰਾਹਤ ਮਿਲ ਸਕੇ। ਮੇਰਾ ਨਾਮ ਸੁਮਨ ਰਾਣੀ ਹੈ, ਮੈਂ ਚਟੀਆ ਮਹੱਲੇ ਕੀ ਰਹਿਣੇ ਵਾਲੀ ਹਾਂ। ਸਰ ਇਹ ਦੇਖੋ ਕਿਤਨਾ ਪਾਣੀ ਗੰਦਾ ਆ ਰਿਹਾ ਹੈ, ਇਹ ਸਰਕਾਰ ਕੋ ਇਹ ਸੋਚਣਾ ਚਾਹੀਏ। ਵੈਸੇ ਸਰਕਾਰ ਕਹਿਤੀ ਹੈ ਬਈ ਬਿਮਾਰੀ ਚੱਲ ਰਹੀ ਹੈ, ਹੱਥ ਅੱਛੇ ਪਾਣੀ ਸਭ ਬਾਰ ਬਾਰ ਦੋ, ਦਸ ਬਾਰ ਦੋ ਹੱਥ। ਇਹ ਪਾਣੀ ਨਾ ਧੋਨੇ ਕੇ ਲਾਇਕ ਹੈ, ਨਾ ਹੱਥ ਧੋ ਸਕਤੇ ਹੈ, ਨਾ ਨਹਾ ਸਕਤੇ ਹੈ, ਨਾ ਕੱਪੜੇ ਧੋ ਸਕਤੇ ਹੈ। ਇਹ ਦੇਖੋ ਪਹਿਲੇ ਇਹ ਬੱਚੋਂ ਕੀ ਬਿਮਾਰੀ, ਇਹ ਕੰਮ ਬਿਮਾਰੀ ਕੰਮ ਨਹੀਂ ਕਰੇਗੀ, ਇਹ ਬਿਮਾਰੀ ਕੋ ਵਧਾਏਗੀ। ਸਰਕਾਰ ਜਨਤਾ ਕੇ ਬਾਰੇ ਮੇਂ ਕੁਛ ਸੋਚੇ, ਗਰੀਬ ਲੋਗੋ ਕੇ ਬਾਰੇ ਮੇਂ ਸੋਚੇ। ਇਹ ਪਾਣੀ ਕਿਤਨਾ ਗੰਦਾ ਹੈ, ਇਹ ਪੀਨੇ ਲਾਇਕ ਹੈ ਯਾ ਨਹਾਨੇ ਕੇ ਲਾਇਕ ਹੈ? ਇਹ ਕਿਸੀ ਕਿਸੀ ਚੀਜ਼ ਕੇ ਲੀਏ ਲਾਇਕ ਨਹੀਂ ਹੈ। ਇਸ ਬਾਰੇ ਮੇਂ ਸਰਕਾਰ ਨੇ ਸੋਚਣਾ ਹੈ, ਜਨਤਾ ਕੇ ਬਾਰੇ ਮੇਂ ਸਰਕਾਰ ਸੋਚੇਗੀ। ਸਿਟੀ ਵਾਲਾ ਕੰਪਲੇਂਟ ਵਗੈਰਾ ਕੁਛ ਨਹੀਂ? ਕੰਪਲੇਂਟ ਬਹੁਤ ਕੀ ਹੈ, ਐਮਸੀ ਵਗੈਰਾ ਕੋ ਵੀ ਬਹੁਤ ਵਾਰ ਬੁਲਾਇਆ ਹੈ ਸਰ, ਕੋਈ ਸੁਣਾਈ ਨਹੀਂ ਹੈ। ਐਮਸੀ ਨੇ ਸੁਣਾਈ ਨਹੀਂ ਕਰੀ? ਨਹੀਂ ਨਹੀਂ, ਬਸ ਦੇਖ ਕਰ ਚਲੇ ਜਾਤੇ ਹੈ। ਅੱਛਾ, काम नहीं करवा रहे हैं? नहीं नहीं, काम नहीं करवा रहे सर, कुछ नहीं किया, कुछ भी नहीं किया। गरीब लोग मच्छी मोटर तो लगवा नहीं सकते हैं, ना आर ओ की यहाँ पे कोई समस्या, कुछ भी नहीं है। बस ये पानी टूटियों का पानी आ रहा है, लोग गरीब लोग तो इसे यूज कर रहे हैं, पर ये पानी बहुत गंदा आ रहा है। टूटियों का पानी है ये? हाँ जी, ये टूटियों का पानी है। अच्छा, यही पानी पीते हो आपके? हाँ जी, यही पीते हैं, पर अब गंदा आ रहा है, इसे क्या कौन पिएगा? अब तो नहीं पी सकते हम इसे जी। क्या मांग क्या करते हो प्रशासन से? प्रशासन से हम मांग यही करते हैं कि साफ पानी दे, जनता के बारे में सोचे। गरीब लोग पैसे तो है नहीं जो मच्छी मोटर या दूसरी चीजें अप्लाई कर सकते हैं, हम तो हमें तो सरकार से अप्लाई कर सकते हैं, अब सरकार हमारे लिए कुछ सोचे। जी, की नाम तुम्हारा? सर मेरा नाम साजन है जी, मैं जटिया मोहल्ले का रहने वाला, सीताराम मंदिर वाली गली मेरा मकान है जी। की समस्या की आ रही है जी? समस्या सर यही है जी, एक तो साड़ी गली च पानी नहीं आता, दूजा जे पानी आता भी तो आ पानी आता, जो पानी इन्ना को मुश्क मारद जिंद मतलब कह सकते हैं कि खारिश हो रही है, ना कपड़े धो सकते। हूँ भी मैं नहा नहाया कि पानी आ गया होना, कई दिन हो गए पानी, साढ़े बहुत समस्या हो रही है। मच्छी मोटर लवा नहीं सकते, आर ओ की सुविधा असं लै नहीं सकते, पर उन्हें जोड़ा सरकार एक पानी है जोड़ा पानी तक नहीं उपलब्ध करा सकती। सरकार करने तो वादे बहुत व्डे व्डे करती है, पर आखो आ गरीब जनता है जी, इन्हों को एक पानी है जी समस्या जी, जिंद राजी होंगे ने कुछ होवे ना हो, पानी जो डुबो के भी रोटी खा लेंगे ने, हूँ इन वो भी नहीं खा सकते जी, ना इन्हें नहा सकते, अद्धे ना जवाक तो नहाते नहीं हो तुम वेख सकते हो जी, और तुहानू जो शर्ट उतार के भी खावगा तो खारिश हो पी होनी, अद्धे ना ज्यादा जनिया खारिश हैगी, इतने बोलता कोई नहीं गा, मैं शर्ट भी उतार सकना। पानी की समस्या करके ही है? ये बिल्कुल पानी की समस्या करके सर, आ वेखो आप इधर तुम करो तो सही, आप पानी वेखो, आप पानी वेखो, आप पानी वेखो जी, तुम आप पानी वेख सकते हो, कल मेरे घर का नहीं गा, आ साड़ी पूरी गली का जी, आ साडे महल्ले का तो पता नहीं, पर साड़ी गली की बहुत तगड़ी समस्या है, आ पूरा सीवर वाला पानी है, सीवरेज मिक्स पानी आ रहा है। हां तो ਤੁਸੀਂ ਕਿਹਾ ਨਹੀਂ ਐਮਸੀ ਨੂੰ ਫਾਈਲ ਕਰ ਦੇ, ਤੁਹਾਡੇ ਐਮਸੀ ਆਂਦੇ ਨੇ ਜੀ, ਸਾਰੇ ਜਿਵੇਂ ਕਮੇਟੀ ਵਾਲਾ ਕੋਈ ਸੁਣਵਾਈ ਨਹੀਂ ਕਰਦਾ ਜੀ, ਕੋਈ ਐਮਸੀ ਕੋਈ ਸੁਣਾਈ ਨਹੀਂ ਦਿੰਦਾ, ਜਿਹੜਾ ਇੱਕ ਵਾਰੀ ਵੋਟ ਲੈ ਜਾਵੇ ਉਹ ਦੁਬਾਰਾ ਤਾਂ ਆਂਦਾ ਨਹੀਂ ਜੀ। ਕੌਣ ਐਮਸੀ ਇੱਥੇ? ਸਾਡੇ ਦੋ ਐਮਸੀ ਲੱਗਦੇ ਨੇ ਜੀ, ਇਹਨੂੰ ਅੱਧੀ ਅੱਧੀ ਗਲੀ ਲੱਗਦੀ ਹੈ ਜੀ ਹੁਣ, ਬਈ ਇਹ ਤਾਂ ਖੁਦ ਵਾਟਰ ਸਪਲਾਈ ਵਾਲਿਆਂ ਨੂੰ ਵੇਖਣਾ ਚਾਹੀਦਾ ਹੈ, ਉਹਨਾਂ ਨਿੱਕੀ ਨਿੱਕੀ ਗੱਲ ਤੇ ਨਾ ਰੇੜੀਆਂ ਚੱਕੀਆਂ ਨੇ, ਨਿੱਕੀ ਨਿੱਕੀ ਗੱਲ ਤੇ ਜਿਹੜਾ ਕੰਮ ਕਰਨ ਵਾਲਾ ਉਹ ਤਾਂ ਸਰਕਾਰ ਕੋਲ ਹੋ ਨਹੀਂ ਰਿਹਾ, ਨਾ ਚੋਰੀ ਰੋਕ ਰੀਆਂ, ਕਿਸੇ ਵੀ ਚੀਜ਼ ਤੇ ਸਮੱਸਿਆ ਵੇਖ ਲਿਓ ਸਰਕਾਰ ਨਾਕਾਮ ਹੋ ਗਈ ਹਰ ਚੀਜ਼ ਤੇ। ਹੁਣ ਤੁਸੀਂ ਮੰਗ ਕੀ ਕਰਦੇ ਹੋ ਜੀ? ਮੰਗ ਤਾਂ ਇਹੋ ਕਰਦੇ ਆ ਜੀ, ਪਾਣੀ ਨਹੀਂ ਦੇ ਸਕਦੇ ਤੇ ਸਾਡੇ ਕੋਲ ਫਿਰ ਇਸ ਤੋਂ ਵੱਡਾ ਮੁੱਦਾ ਹੈਗਾ, ਜੇ ਸਰਕਾਰ ਮਜਬੂਰ ਕਰੇਗੀ ਫਿਰ ਅਸੀਂ ਤਾਂ ਉਹਦੇ ਤੇ ਆਵਾਂਗੇ, ਆਈਓ ਪਾਣੀ ਫਿਰ ਨਹੀਂ ਸਮੱਸਿਆ ਦਾ ਮਸਲਾ ਹੱਲ ਕਰ ਹੁੰਦਾ ਫਿਰ ਕੀ ਕਰੋਗੇ? ਫਿਰ ਸਾਨੂੰ ਇਹ ਤਾਂ ਯਾਦ ਆ ਸਰਕਾਰ ਮੱਛੀ ਮੋਟਰ ਲਵਾ ਦੇਵੇ, ਅਸੀਂ ਬੋਲਦੇ ਨਹੀਂ, ਜੇ ਨਾ ਤਾਂ ਫਿਰ ਇਹ ਪਾਣੀ ਤਾਂ ਅਸੀਂ ਜੀ ਭਗਵੰਤ ਮਾਨ ਤੱਕ ਪਹੁੰਚਾਵਾਂਗੇ, ਨਹੀਂ ਤਾਂ ਫਿਰ ਅੱਗੇ ਤਾਂ ਕੋਈ ਨਾ ਕੋਈ ਹਲਤਾ ਲੱਭਾਂਗੇ ਜੀ ਆ ਪਾਣੀ ਦਾ, ਉਹਨੇ ਇਸ ਤੋਂ ਇਲਾਵਾ ਤਾਂ ਸਾਡੇ ਕੋਲ ਲੈ ਨਹੀਂ ਗਾ, ਬਾਕੀ ਲੋਕਾਂ ਕੋਲ ਕੋਈ ਵੀ ਇਹ ਲੀਡਰ ਉਹਨਾਂ ਕੋਲ ਅਸਤੀ ਗੱਲ ਤਾਂ ਰਹੇ ਨਹੀਂ ਆ।